इस वीडियो को लाइक करें, हमारे चैनल को सब्सक्राइब कर बेल आइकन जरूर प्रेस करें हमारी न्यू वीडियो सबसे पहले देखने के लिए। हाई दर्जे का ते कारगो की सहूलत जनाब मौजूद है। जेड़े मेरे वीर नू दोस्त नू चाहिए होवे ओ जनाब मलिक साहब नू याद कर सकदा। वट्सएप नंबर ते दोस्तों कोल है, वे जे नहीं है ते मैं फिर एंड ते लहा दांगा जी। यह जर्मन पॉइंटर है जी, जर्मन पॉइंटर जेड़े दोस्त जानते ने उन्होंने पता है। तो मेरे चैनल नू दोस्तों लाइक करया करो, दोस्तों शेयर करया करो ते घंटी दे बटन नू दबाया करो ताकि मेरी हर आने वाली वीडियो जिहड़ी है तुहानू आसानी मिल सके जनाब, तुहानू इधर उधर जाने की जरूरत ना होवे। इहदी माँ भी बड़ी अच्छी शिकारी है जी, तो माशाल्लाह मोटा ताज़ा है। ते फीमेल है जी, यानी कि कुत्ती है, एको ही पीस है जी, प्योर जर्मन जी। ये तीन बच्चे सन दोस्तों, दो बच्चे वेगे ने, एक बच्चा रह गया जी।
ਇਹਨੂੰ ਦੋਸਤ ਨੂੰ ਮੇਰੇ ਬਜ਼ੁਰਗ ਨੂੰ ਮੇਰੀ ਭੈਣ ਨੂੰ ਕਿਸੇ ਨੂੰ ਚਾਹੀਦਾ ਹੋਵੇ ਤੇ ਜਨਾਬ ਮਲਿਕ ਸਾਹਿਬ ਨੂੰ ਆਵਾਜ਼ ਦੇ ਸਕਦਾ ਜੀ। ਇਹ ਉਹਨਾਂ ਦੋਸਤਾਂ ਵਾਸਤੇ ਤੋਹਫ਼ਾ ਜੀ ਜਿਹੜੇ ਸ਼ਿਕਾਰੀ ਦੋਸਤ ਨੇ, ਬਾਕੀ ਦੂਜੇ ਦੋਸਤ ਬੇਸ਼ੱਕ ਵੀਡੀਓ ਦੇਖ ਲੈਣ ਕਰਨ ਤੇ ਉਹ ਇਹਦਾ ਸ਼ੌਕ ਨਾ ਕਰਨ, ਕਿਉਂਕਿ ਐ ਨਾ ਸਿਰਫ ਸ਼ਿਕਾਰ ਵਾਸਤੇ ਇਹਦੇ 'ਚ ਅੱਲਾ ਨੇ ਖੂਬੀ ਪਾਈ ਹੈ ਕਿ ਇਹਦੇ ਇਹ ਸਿਰਫ ਸ਼ਿਕਾਰ ਵਾਸਤੇ ਹੁੰਦੇ ਨੇ ਜੀ। ਇਹ ਤਿੱਤਰ ਵਾਸਤੇ, ਖਰਗੋਸ਼ ਵਾਸਤੇ ਤੇ ਬਟੇਰ ਵਾਸਤੇ, ਠੀਕ ਹੈ ਜੀ। ਇਹ ਇਹਨਾਂ ਤਿੰਨ ਚਾਰ ਚੀਜ਼ਾਂ ਵਾਸਤੇ ਅੱਲਾ ਮੀਆਂ ਨੇ ਇਹਦੇ ਇਹ ਖੂਬੀਆਂ ਪੈਦਾ ਕੀਤੀਆਂ ਨੇ ਜੀ। ਤੇ ਇਹ ਦੇਖੋ ਦੋਸਤੋ, ਮਾਸ਼ਾਅੱਲਾ, ਅੱਲਾ ਨਜ਼ਰ ਤੋਂ ਬਚਾਵੇ ਤੇ ਮੋਟਾ ਤਾਜ਼ਾ ਹੈਲਦੀ ਜੀ। ਟੀਕੇ ਜਨਾਬ ਦੋਸਤੋ, ਟੀਕੇ ਲੱਗੇ ਹੁੰਦੇ ਨੇ, ਜਿਹੜੀ ਮਲਿਕ ਸਾਹਿਬ ਕੋਲ ਚੀਜ਼ ਆਏਗੀ ਉਹਦੀ ਤੁਸੀਂ ਫਿਕਰ ਨਹੀਂ ਕਰਨੀ। ਆਪਣੇ ਫਾਰਮ ਦੇ ਹੁੰਦੇ ਨੇ, ਕਿਸੇ ਕੋਲੋਂ ਲੈ ਕੇ ਤੇ ਕੋਈ ਦੁਕਾਨ ਨਹੀਂ ਮੇਰੀ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ ਜੀ। ਤੇ ਆਪਣੇ ਜ਼ਾਤੀ ਹੁੰਦੇ ਨੇ ਜੀ। ਤੇ ਜਨਾਬ ਇਹਨਾਂ ਨੂੰ ਟੀਕੇ ਸ਼ੀਕੇ ਲੱਗੇ ਹੁੰਦੇ ਨੇ, ਇਹਨਾਂ ਨੂੰ ਕੋਈ ਫਿਕਰ ਨਹੀਂ ਕਰਨਾ ਕਿ ਜੀ ਕੋਈ ਦੋ ਨੰਬਰੀ ਕਰ ਜਾਏਗਾ ਤੇ ਸਾਨੂੰ ਮੁੜ ਕੇ ਮਿਲੇ ਜਾਂ ਨਾ ਮਿਲੇ। ਅੱਲਾ ਦੇ ਫਜ਼ਲ ਨਾਲ ਸਿਰਫ ਇੱਜ਼ਤ ਜਿਹੜੀ ਹੈ ਉਹ ਬਣਾ ਰਿਹਾ ਜੀ ਚੈਨਲ ਦੇ ਥਰੂ, ਵਰਨਾ ਇੱਜ਼ਤ ਬਣਾਉਣੀ ਬੜੀ ਔਖੀ ਹੈ ਤੇ ਵਿਗਾੜਨੀ ਜਿਹੜੀ ਹੈ 2 ਮਿੰਟ ਦੀ ਗੱਲ ਹੈ ਜੀ। ਇਸ ਲਈ ਇਹ ਕੋਸ਼ਿਸ਼ ਕਰਨਾ ਵਾਂ ਕਿ ਅੱਲਾ ਤਾਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਤੇ ਤੁਹਾਨੂੰ ਚੀਜ਼ ਭੇਜੀ ਜਾਵੇ। ਜਿਹਨੇ ਮੇਰੇ ਦੋਸਤ ਨੇ, ਔਰ ਜਦੋਂ ਦਾ ਮੈਂ ਚੈਨਲ ਚਲਾਇਆ ਵੇ, ਕੋਈ ਬੰਦਾ ਇਹ ਨਹੀਂ ਕਹਿ ਸਕਦਾ ਜੀ ਮਲਿਕ ਸਾਹਿਬ ਕੋਲ ਪੈਸੇ ਚਲੇ ਗਏ ਨੇ, ਇਹਨਾਂ ਨੇ ਚੀਜ਼ ਨਹੀਂ ਸਾਨੂੰ ਭੇਜੀ। ਅਤੇ ਮੈਂ ਅਕਸਰ ਵੀਡੀਓ ਆਪਣੀ ਇਹਦੇ ਵਿੱਚ ਦੋਸਤਾਂ ਨੂੰ ਕਹਿੰਦਾ ਹੁੰਦਾ ਕਿ ਖੁਦਾ ਦਾ ਖੌਫ ਖਾਇਆ ਕਰੋ, ਆਪਣਾ ਜਾਇਜ਼ ਹੱਕ ਰੱਖਿਆ ਕਰੋ, ਜਾਇਜ਼ ਜਿਹੜਾ ਤੁਹਾਡਾ ਬੱਚਿਆਂ ਦਾ ਰਿਜ਼ਕ ਹੈ ਉਹ ਕਮਾਇਆ ਕਰੋ, ਮਗਰ ਚੀਜ਼ ਅਗਲਿਆਂ ਨੂੰ ਪਹੁੰਚਾਇਆ ਕਰੋ ਔਰ ਅੱਛੀ ਚੀਜ਼ ਦਿਆ ਕਰੋ। ਅਤੇ ਇਹ ਜਨਾਬ ਮੇਰਾ ਵਟਸਐਪ ਨੰਬਰ ਨੋਟ ਕਰ ਲਵੋ ਜਿਨ੍ਹਾਂ ਦੋਸਤਾਂ ਕੋਲ ਨਹੀਂ ਹੈਗਾ। ਅਤੇ ਫਿਰ ਮੈਂ ਕਹਿਣਾ ਮਲਿਕ ਸਾਹਿਬ ਨੇ ਵਟਸਐਪ ਨੰਬਰ ਨਹੀਂ ਆਪਣਾ ਦੱਸਿਆ ਜੀ। ਦੋਸਤੋ ਲਿਖ ਲਵੋ 0303 4858 2 7 3, ਠੀਕ ਹੈ ਜੀ। ਇਹ ਮੇਰਾ ਜਨਾਬ ਵਟਸਐਪ ਨੰਬਰ ਹੈ, ਇਹਦੇ 'ਤੇ ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਹੋ। ਅਤੇ ਅੱਲਾ ਦੇ ਫਜ਼ਲ ਨਾਲ ਕਾਰਗੋ ਦੀ ਸਹੂਲਤ ਮੌਜੂਦ ਹੈ ਅਤੇ ਕੋਈ ਪਰੇਸ਼ਾਨੀ ਨਹੀਂ ਹੋਣਾ। ਡੀਵਾਰਮਿੰਗ ਹੋਈ ਹੈ, ਯਾਨੀ ਕਿ ਪੇਟ ਦੇ ਕੀੜਿਆਂ ਦੀ ਦਵਾਈ ਵੀ ਦਿੱਤੀ ਗਈ ਹੈ, ਇਹਨੂੰ ਇੰਜੈਕਸ਼ਨ ਵੀ ਲੱਗਾ, ਹਫਾਜ਼ਤੀ ਟੀਕਾ ਜਿਹੜਾ ਹੁੰਦਾ, ਠੀਕ ਹੈ ਨਾ ਜੀ। ਅਤੇ ਉਹ ਅਸੀਂ ਤਾਂ ਆਪਣੇ ਫਾਰਮ ਦਾ ਸਾਡਾ ਸਿਸਟਮ ਹੈ, ਅਸੀਂ 21 ਦਿਨ ਦਾ ਬੱਚਾ ਜਿਹੜਾ ਹੁੰਦਾ ਉਹਨੂੰ ਅਸੀਂ ਲਵਾ ਦਿੰਦੇ ਹਾਂ, ਠੀਕ ਹੈ ਨਾ ਜੀ। 21 ਦਿਨ ਦਾ ਬੱਚਾ ਜਿਹੜਾ ਹੁੰਦਾ ਉਹਨੂੰ ਅਸੀਂ ਲਵਾ ਦਿੰਦੇ ਹਾਂ, ਇਹ ਅੱਲਾ ਦੇ ਫਜ਼ਲ ਨਾਲ 30 ਦਿਨਾਂ ਦਾ ਹੋ ਗਿਆ, ਠੀਕ ਹੋ ਗਿਆ ਨਾ ਜੀ। ਅਤੇ ਦੋਸਤੋ, ਤੁਸੀਂ ਜਿਹੜੀ ਮਲਿਕ ਸਾਹਿਬ ਕੋਲੋਂ ਚੀਜ਼ ਲੈਣੀ ਹੈ ਉਹਦੇ 'ਚ ਤੁਸੀਂ ਫਿਕਰ ਨਹੀਂ ਕਰਨਾ ਕਿ ਜੋ ਚੀਜ਼ ਮੈਂ ਤੁਹਾਨੂੰ ਅੱਲਾ ਦੇ ਫਜ਼ਲ ਨਾਲ ਦਿਖਾਵਾਂਗਾ, ਇਹੋ ਹੀ ਅੱਲਾ ਦੇ ਫਜ਼ਲ ਨਾਲ ਤੁਹਾਨੂੰ ਪਹੁੰਚੇਗੀ, ਠੀਕ ਹੈ ਨਾ ਜੀ। ਅਤੇ ਆਪਣੇ ਦੇ ਆਪਣੇ ਵਿੱਚ ਬੱਚਿਆਂ ਨੂੰ ਹਲਾਲ ਖਵਾਉਣਾ, ਹਰਾਮ ਨਹੀਂ ਖਵਾਉਣਾ, ਇਹ ਮੇਰਾ ਸਿਰਫ ਸ਼ੌਕ ਹੈ। ਇਹਦੇ ਨਾਲ ਤਾਂ ਦਾੜ੍ਹ ਵੀ ਗਿਲੀ ਨਹੀਂ ਹੁੰਦੀ, ਠੀਕ ਹੈ ਨਾ। ਅਤੇ ਇਹ ਸਿਰਫ ਸ਼ੌਕ ਹੈ ਕਿ ਉਹ ਸ਼ੌਕ ਦੋਸਤਾਂ ਨੂੰ ਵੀ ਕਰਾ ਰਿਹਾ, ਆਪ ਵੀ ਕਰ ਰਿਹਾ, ਠੀਕ ਹੈ ਨਾ। ਅਤੇ ਵਰਨਾ ਹੋਰ ਇਹਦੇ 'ਚ ਕੋਈ ਮਹਿਲ ਖੜਾ ਨਹੀਂ, ਕਿਸੇ ਨੇ ਕਰ ਲੈਣਾ। ਲੋਕ ਜਿਹੜੇ ਬੇਈਮਾਨੀ ਕਰਦੇ ਨੇ, ਅੱਲਾ ਉਹਨਾਂ ਦਾ ਵੀ ਭਲਾ ਕਰੇ, ਮਗਰ ਉਹਨਾਂ ਨੂੰ ਇਸ ਤਰ੍ਹਾਂ ਕਰਨਾ ਨਹੀਂ ਚਾਹੀਦਾ, ਆਪਣੇ ਬੱਚਿਆਂ ਵਾਸਤੇ ਔਰ ਆਪਣੇ ਆਖਰਤ ਖਰਾਬ ਕਰ ਰਹੇ ਨੇ, ਠੀਕ ਹੈ ਨਾ ਜੀ। ਅਤੇ ਉਹ ਨਹੀਂ ਕਰਨੀ ਚਾਹੀਦੀ, ਠੀਕ ਹੈ ਨਾ ਜੀ। ਪੈਸੇ ਤਾਂ ਪਰਵਰਦਗਾਰ ਨੇ ਦੇਖੋ ਰਿਜ਼ਕ ਦਾ ਵਾਅਦਾ ਕੀਤਾ, ਉਹਨੇ ਤੁਹਾਨੂੰ ਮਰਨ ਤੱਕ ਰਿਜ਼ਕ ਵੀ ਦੇਣਾ ਔਰ ਦੌਲਤ ਵੀ ਦੇਣੀ ਹੈ, ਠੀਕ ਹੈ ਨਾ ਜੀ। ਮਗਰ ਤੁਹਾਨੂੰ ਵੀ ਕੋਈ ਤੁਹਾਨੂੰ ਵੀ ਸਾਹਸ ਹੋਣਾ ਚਾਹੀਦਾ ਕਿ ਤੁਸੀਂ ਕਿਸੇ ਕੋਲੋਂ ਅਗਰ ਪੈਸੇ ਲਏ ਨੇ ਉਹਨੂੰ ਚੀਜ਼ ਜਿਹੜੀ ਹੈ ਉਹ ਅੱਛੀ ਚੀਜ਼ ਦਵੋ, ਜੋ ਤੁਸੀਂ ਆਪ ਇਸਤੇਮਾਲ ਕਰਦੇ ਹੋ ਉਹੀ ਅਗਲੇ ਨੂੰ ਦਵੋ। ਮੇਰਾ ਅਸੂਲ ਹੈ ਜੀ, ਮੈਂ ਕਿਸੇ ਦੀ ਗਵਾਹੀ ਨਹੀਂ ਦਿੰਦਾ। ਕਈ ਦੋਸਤ ਮੈਨੂੰ ਕਹਿੰਦੇ ਨੇ ਮਲਿਕ ਸਾਹਿਬ ਮੈਨੂੰ ਫਲਾਣੀ ਚੀਜ਼ ਫਲਾਣੇ ਬੰਦੇ ਕੋਲੋਂ ਕਿਸੇ ਕੋਲੋਂ ਲੈ ਦਿਓ, ਮੈਂ ਕਹਿੰਦਾ ਜੀ ਨਹੀਂ, ਉਹ ਜਾਣੇ ਤੁਸੀਂ ਜਾਣੋ, ਠੀਕ ਹੈ ਨਾ ਜੀ। ਮੈਂ ਉਹਦੀ ਕਿਸੇ ਦੀ ਬੰਦੇ ਦੀ ਨਹੀਂ ਦਵਾਂਗਾ ਗਵਾਹੀ। ਕਈ ਦੋਸਤ ਮੈਨੂੰ ਫੋਨ ਕਰਦੇ ਨੇ ਮਲਿਕ ਸਾਹਿਬ ਮੈਂ ਫਲਾਣੇ ਬੰਦੇ ਕੋਲੋਂ ਚੀਜ਼ ਲਈ ਹੈ ਅਤੇ ਇਹ ਜਿਹੜਾ ਨਾ ਉਹ ਖਰਾਬ ਨਿਕਲੀ। ਅਤੇ ਦੋਸਤੋ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਇੱਕ ਵਾਰੀ ਮੈਂ ਤੁਹਾਨੂੰ ਆਪਣਾ ਵਟਸਐਪ ਨੰਬਰ ਫਿਰ ਲਿਖਾ ਦੇਵਾਂ ਅਤੇ ਤੁਸੀਂ ਜਨਾਬ ਨੋਟ ਕਰ ਲਓ 03 03
4858273 ये मलिक साहब का नंबर है जी मेरा जी, तो तुसी जनाब रबता कर सकते हो। तो अल्लाह मियाँ तुहानू तुहाडे बच्चों नू तुहाडे वड्डियां नू सेहत तंदुरुस्ती देवे, तो मैनू भी दुआवां च याद रखना। तो यह बच्चा देखो जी, इहदी पुछल देखो, इहदा सिर देखो, जिहड़े शिकारी मेरे भरा ने मेरे वीर ने उन्हां नू इहदा मूँह देख के ही पता लग जांदा है कि की चीज़ है, लत्तां दे उत्ते कैसे टिमकणे ने। तो मैनू सद दिओ इजाजत, बहुत शुक्रिया, जजाकअल्लाह, अस्सलामुअलैकुम।